ਮੋਹਿਤ ਪਿੱਛੋ ਜਾ ਉਹ ਜਾਣ ਦੇ ਗੱਡੀ ਦੇ ਨੀਚੇ ਆ ਰਹੇ ਭਾਈ ਬਲਵੰਤ ਸਿੰਘ ਰਾਜੋਆਣਾ ਨੂੰ ਜਾ ਕੇ ਹੁਣ ਮੁਲਾਕਾਤ ਕੀਤੀ ਹੈ ਔਰ ਉਹਨੂੰ ਸਾਰਾ ਜੋ ਸਾਡਾ ਵਫਦ ਸੀ ਸਾਰੇ ਸ਼੍ਰੋਮਣੀ ਅਕਾਲੀ ਦਲ ਦੇ MP ਸਾਹਿਬਾਨਾਂ ਦੇ ਨਾਲ ਅਸੀਂ ਭਾਰਤ ਦੇ ਗ੍ਰਹਿ ਮੰਤਰੀ ਸ਼੍ਰੀ ਰਾਜਨਾਥ ਸਿੰਘ ਨੂੰ ਮਿਲ ਕੇ ਆਏ ਸੀ ਉਹ ਸਾਰੀ ਉਹਨਾਂ ਨੂੰ ਜਾਣਕਾਰੀ ਦਿੱਤੀ ਹੈ ਜੋ ਵੀ ਉੱਥੇ ਗੱਲਬਾਤ ਹੋਈ ਹੈ ਉਹਦੇ ਸੰਬੰਧੀ ਸਾਰਾ ਉਹਨਾਂ ਨੂੰ ਦੱਸ ਦਿੱਤਾ ਉਹਦੇ ਲਈ ਉਹ ਬਹੁਤ ਸੰਤੁਸ਼ਟ ਨੇ ਜਿਸ ਤਰ੍ਹਾਂ ਅਸੀਂ ਕਿਹਾ ਕਿ ਉਹ ਰਾਜਨਾਥ ਸਿੰਘ ਨੇ ਸਾਨੂੰ ਵਿਸ਼ਵਾਸ ਦਵਾਇਆ ਉਹ ਸਾਰੀਆਂ ਗੱਲਾਂ ਤੋਂ ਰਾਜੋਆਣਾ ਸਾਹਿਬ ਬਹੁਤ ਸੰਤੁਸ਼ਟ ਹੋਏ ਨੇ ਔਰ ਉਹਨਾਂ ਨੇ ਸਾਨੂੰ ਇੱਕ ਵਿਸ਼ਵਾਸ ਦਵਾਇਆ ਕਿ ਮੇਰੀ ਭੈਣ ਕਮਲਜੀਤ ਕੌਰ ਉਹ ਹੁਣ ਜਲਦੀ ਇੱਥੇ ਆ ਜਾਏਗੀ ਮੈਂ ਜਦੋਂ ਆ ਗਈ ਸ਼ਾਮ ਤੱਕ ਆਪਣਾ ਜੋ ਭੁੱਖ ਹੜਤਾਲ ਉਹ ਖਤਮ ਕਰ ਦਾਂਗਾ ਕਿਉਂਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਵੱਲੋਂ ਇਹ ਕੇਸ ਪਲੀ ਕੀਤਾ ਗਿਆ ਸੀ ਜਿਹੜੀ ਪਟੀਸ਼ਨ ਹੈ ਨਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਵੱਲੋਂ ਦਿੱਤੀ ਗਈ ਸੀ ਇਸ ਕਰਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਵੱਲੋਂ ਹੀ ਮੈਂ ਸਾਰੇ MP ਸਾਹਿਬਾਨਾਂ ਦੇ ਨਾਲ ਉੱਥੇ ਗਿਆ ਸੀ ਕੀ ਰਾਜੋਆਣਾ ਨੂੰ ਤੁਸੀਂ ਅੱਤਵਾਦੀ ਮੰਨਦੇ ਹੋ ਦੇਖੋ ਅਸੀਂ ਤਾਂ ਜੋ ਇਹਨੇ ਮਦਦ ਕਰਦੇ ਹਾਂ ਜੋ ਸਿੱਖਾਂ ਦੇ ਜਜ਼ਬਾਤ ਨੇ ਉਹਨਾਂ ਦੇ ਕਰਕੇ ਸਾਰਾ ਇਹਨਾਂ ਨੂੰ ਕਰਦੇ ਹਾਂ ਕੋਈ ਮੈਡੀਕਲ ਚੈੱਕ ਖਤਮ ਕਰਦੇ ਉਹਨਾਂ ਨੇ ਚੱਲ ਰਹੀ ਉਹਨਾਂ ਨਾਲ ਇਹ ਗੱਲਬਾਤ ਹੋਈ ਕਿ ਜਿਹੜੀ ਸਾਡੀ ਅਪੀਲ ਕੀਤੀ ਗਈ ਸੀ 2012 'ਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਵੱਲੋਂ ਪਟੀਸ਼ਨ ਪਾਈ ਗਈ ਸੀ ਕਿ ਜਿਹੜੀ ਫਾਂਸੀ ਦੀ ਸਜ਼ਾ ਹੈ ਉਹਨੂੰ ਉਮਰ ਕੈਦ ਦੇ ਵਿੱਚ ਬਦਲ ਦਿੱਤਾ ਜਾਵੇ ਸਾਡੀ ਉਹ 6 ਸਾਲ ਹੋ ਗਏ ਲੇਕਿਨ ਪਟੀਸ਼ਨ 'ਤੇ ਹਜੇ ਤੱਕ ਕੋਈ ਫੈਸਲਾ ਨਹੀਂ ਹੋਇਆ ਉਹਨਾਂ ਨੇ ਸਾਨੂੰ ਪੂਰਾ ਰਿਸਪੋਂਸ ਦਿੱਤਾ ਕਿ ਜਲਦੀ ਅਸੀਂ ਇਹਦੇ 'ਤੇ ਫੈਸਲਾ ਕਰਾਂਗੇ ਲੰਗੋ ਸਰ ਸਾਂਸਦ ਬਿੱਟੂ ਨੇ ਵੀ ਜਿਹੜਾ ਹੈਗਾ ਤੁਹਾਡੀ ਜਿਹੜੀ ਉੱਥੇ ਮਿਲਣ 'ਚ ਉਹਨੂੰ ਇਤਰਾਜ਼ ਜਤਾਇਆ ਉਹਨਾਂ ਨੇ ਕਿਹਾ ਸੀ ਗੁਰਦੁਆਰਾ ਦਾ ਇਹਨਾਂ ਦਾ ਗੁਰਦੁਆਰਾ ਪ੍ਰਬੰਧ ਦਿਖਣਾ ਹੁੰਦਾ ਨਾ ਕਿ ਅੱਤਵਾਦੀਆਂ ਦਾ ਜਿਹੜਾ ਹੈਗਾ ਉੱਥੇ ਜਾ ਕੇ ਸਜ਼ਾ ਮਾਫ਼ ਕਰਾਉਣ ਨੂੰ ਲੈ ਦੇਖੋ ਸਾਨੂੰ ਕਿਸੇ ਇਤਰਾਜ਼ ਨਹੀਂ ਕੋਈ ਜਿਤਾਈ ਜਾਵੇ ਅਸੀਂ ਆਪਣਾ ਕੰਮ ਕਰਨਾ ਸਾਨੂੰ ਕਿਸੇ ਦੀ ਕੋਈ ਲੌਂਗੋਵਾਲ ਸਾਹਿਬ 523 ਬੰਦੇ ਤਾਂ ਹਟਾ ਦਿੱਤੇ ਗਏ ਪਰ ਬਲਜੀਤ ਸਿੰਘ ਵੀ ਜਿਹੜਾ ਉਹਦਾ ਬੀਬੀ ਕਮਲਦੀਪ ਕੌਰ ਦਾ ਜਿਹੜਾ ਹਸਬੈਂਡ ਹੈ ਉਹ ਭਰਤੀ ਕੀਤਾ ਗਿਆ ਸੀ ਬਡੂੰਗਰ ਸਾਹਿਬ ਦੇ ਟਾਈਮ ਫਿਰ ਉਹ ਕਿਉਂ ਹਟਾਇਆ ਗਿਆ ਜੀ ਉਹ ਬਾਅਦ 'ਚ ਗੱਲਣਾ ਅੱਜ ਤਾਂ ਮਸਲਾ ਸਿਰਫ ਇਹੀ ਹੈ ਕਿ ਅੱਜ ਅਸੀਂ ਜਦੋਂ ਇਹਨਾਂ ਨੂੰ ਮਿਲਿਆ ਇਹ ਅਪੀਲ ਵਾਸਤੇ ਮਿਲਿਆ ਅੱਜ ਸਾਡਾ ਮਸਲਾ ਜਿਹੜਾ ਭੁੱਖ ਹੜਤਾਲ ਹਾਂ ਸ਼ਾਮ ਤੱਕ ਭੁੱਖ ਹੜਤਾਲ ਹੋਈ ਉਹਨਾਂ ਨੇ ਕਿਹਾ ਅਸੀਂ ਖਤਮ ਕਰ ਦਾਂਗੇ ਠੀਕ ਹੈ ਚਲੋ ਠੀਕ ਹੈ